बिस्मिल्लाहिर्रहमानिर्रहीम। मेरे वालों मेरे सारे बहन भाइयों अस्सलाम वालेकुम। मेरी दुआ अल्लाह ताला तुहानू खुश रखे, आबाद रखे, थोड़े सारे दुख तकलीफा दूर करे, थोड़ी ज्यादा तो ज्यादा खुशियां दे, सदा हंसते रहो तो मुस्कुराते रहो। इस दुआ के नाल अज्ज दी वीडियो शुरू करते हैं। वीडियो शुरू करने तो पहले साड़ी एक रिक्वेस्ट है, अगर तू साडे चैनल नू सबसक्राइब नहीं किया तो इन्हें सबसक्राइब कर लो, बैल के बटन भी जरूर दबाओ ताकि साडी हर आने वाली वीडियो का नोटिफिकेशन थोड़ा बर वक्त मिलता रहे। तो अज्ज दी वीडियो शुरू करते हैं। तो इन्हां दे पापा आ गए सानू लैन, तो हुण असीं चले आं बाजार शॉपिंग करन, तो बच्चे भी नाल ही चले आ, तो इन्हां दी आंटी भी। तो शाम होण डई आ तो हुण चले जांदे आ, सुबह घर वापसी भी जाना वा। चलिए फिर सादिया। हाँ जी चलो सही। चलो यूसुफ नूं घर छोड़ के गए, शरारती बच्चा है ना, यूसुफ नूं घर ही छोड़ के जावांगे ताकि वह छोटा वा ना, तो इसलिए उहदी आंटी कोल। ते बार मोइज और हम ना जिद कर रहे सीगे ते ए नाल चले आ। हम ना बेटा होमवर्क कर लिया सी जी, जब भी हम ना ने होमवर्क कंप्लीट अपना कर लिया सी, लगदा सबक याद करने वाला रहंदा ना। कर लूंगी दिल थोड़ा कर दी, कहंदी नाल जाना, मैं कहा चला जा मैं इत्थे जाणी। चलो ठीक है हिबा, देखो हिबा तो धक्के नाल ही तैयार हो जाती है ना, तो हिबा ने भी अपना पढ़ लिया वा, तो मोइज बहुत ज़्यादा खुश है भी पापा आ गए सानू लैन। ਇਹਨੇ ਪਤਾ ਨਹੀਂ ਨੀ 100 ਦਫਾ ਮੈਨੂੰ ਜੱਫੀ ਪਾਈ ਆ। ਹਾਂਜੀ ਤੇ ਮੋਇਜ਼ ਦੀ ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਮੇਰੇ ਪਾਪਾ ਆ ਰਹੇ ਆ, ਮੋਇਜ਼ 10 ਮਿੰਟਾਂ 'ਚ ਕੁਛ ਹੋਰ ਹੋ ਗਿਆ, ਇੰਨਾ ਖੁਸ਼। ਪਹਿਲਾ ਦਿਨ ਬੁਖਾਰ ਸੀ ਮੈਂ ਕਿਹਾ ਨਾ। ਹਾਂਜੀ ਬੁਖਾਰ ਸੀ, ਮੋਇਜ਼ ਦੀ ਨਹੀਂ ਨੋਜ਼ ਵੀ ਨਹੀਂ ਹੁਣ ਤਾਂ ਆਉਂਦੀ ਉਹਨੂੰ, ਦੀ ਆਂਟੀ ਕਰੀ ਹੁਣ ਤਾਂ ਮੋਇਜ਼ ਦੀ ਨੋਜ਼ ਵੀ ਹਟ ਗਈ ਆ, ਨਹੀਂ ਸੀ ਅਰਦਾਸ ਰਿਹਾ ਸੀ ਨਾ। ਹਾਂਜੀ ਤੇ ਹੁਣ ਨੋਜ਼ ਵੀ ਮੋਇਜ਼ ਦੀ ਹਟ ਗਈ ਆ, ਤੇ ਮੋਇਜ਼ ਨੂੰ ਬੁਖਾਰ ਵੀ ਉਤਰ ਗਿਆ, ਨਹੀਂ ਤਾਂ ਗੱਲ ਗੱਲ ਤੇ ਰੋਂਦਾ ਸੀ ਵੀ ਮੰਮਾ ਜੀ ਪਾਪਾ ਕੋਲ ਜਾਣਾ ਵਾ, ਪਾਪਾ ਜੀ ਪਾਪਾ ਕੋਲ ਜਾਣਾ। ਮੈਂ ਕਿਹਾ ਬੇਟਾ ਤੁਹਾਡੇ ਪਾਪਾ ਲੈਣ ਆਉਣਗੇ ਤੇ ਫੇਰ ਹੀ ਅਸੀਂ ਜਾਵਾਂਗੇ। ਸਹੀ ਹੋ ਗਿਆ। ਹਾਂਜੀ ਚਲੋ ਬਜੁੱਤੀ ਪਾਈ ਆ। ਰਸਤੇ 'ਚ ਸਾਨੂੰ ਖਾਲਾ ਤੇ ਮਾਮੂ ਜੀ ਮਿਲ ਗਏ, ਮੇਰੀ ਅੰਮੀ ਔਰ ਮੇਰੀ ਖਾਲਾ, ਇੱਕੋ ਚੱਕ ਜੀ ਸ਼ਾਦੀ ਹੋਈ ਆ। ਜਿਸ ਤਰ੍ਹਾਂ ਜਵੇਦ ਦੀ ਖਾਲਾ ਫੁੱਫੋ ਜੀ ਹੁਣੀ ਮੇਰੀ ਫੁੱਫੋ, ਜਿਸ ਤਰ੍ਹਾਂ ਮਤਲਬ ਦੋਨੋਂ ਇੱਕ ਚੱਕ ਜੀ ਸ਼ਾਦੀ ਹੋਈ ਆ, ਮੇਰੀ ਖਾਲਾ ਦੀ ਅਤੇ ਮੇਰੀ ਅੰਮੀ ਜੀ ਦੀ ਵੀ ਇੱਕੋ ਚੱਕ ਜੀ ਸ਼ਾਦੀ ਹੋਈ ਆ, ਅਤੇ ਉੱਧਰੋਂ ਜਵੇਦ ਦੀ ਖਾਲਾ ਅਤੇ ਮੇਰੀ ਖਾਲਾ ਦੋਨੋਂ ਇੱਕ ਘਰ 'ਚ ਆ, ਅਤੇ ਮਤਲਬ ਦੋਨਾਂ ਦਾ ਇੱਕੋ ਹੀ ਸਸੁਰਾਲ ਆ, ਇੱਕੋ ਘਰ ਹੀ ਆ। ਅਤੇ ਖਾਲਾ ਹੁਣੀ ਗਏ ਸੀ ਦਵਾਈ ਲੈਣ ਕਿਉਂ, ਅਤੇ ਅਸੀਂ ਵੀ ਜਾ ਰਹੇ ਸੀਗੇ, ਫਿਰ ਰਸਤੇ 'ਚ ਟਾਕਰਾ ਹੋ ਗਿਆ, ਅਤੇ ਫਿਰ ਉਹਨਾਂ ਨਾਲ ਦੁਆ ਸਲਾਮ ਕੀਤੀ ਆ, ਉਹਨਾਂ ਨੂੰ ਮਿਲਿਆ ਵਾ, ਅਤੇ ਹੁਣ ਉਹ ਚਲੇ ਗਏ ਆ, ਅਤੇ ਅਸੀਂ ਵੀ ਹੁਣ ਜਾ ਰਹੇ ਹਾਂ। ਅਤੇ ਲੱਗਦਾ ਅਸਰ ਦੀ ਅਜ਼ਾਨ ਮੈਨੂੰ ਲੱਗਦਾ ਹੋ ਹੀ ਗਈ ਆ। ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਵਾ, ਚਲੋ ਇਹਨਾਂ ਦੇ ਪਾਪਾ ਵੀ ਲੇਟ ਆਏ ਆ, ਸੁਬਹਾ ਘਰ ਵੀ ਵਾਪਸ ਜਾਣਾ ਵਾ, ਇਹਨਾਂ ਦੀ ਤਬੀਅਤ ਵੀ ਠੀਕ ਨਹੀਂ ਆ, ਇਹਨਾਂ ਨੇ ਦਵਾਈ ਵੀ ਲੈਣੀ ਆ। ਚਲੋ ਜਾ ਕੇ ਦੇਖਦੇ ਹਾਂ ਬਾਜ਼ਾਰ ਜਿਹੜੀਆਂ ਜਿਹੜੀਆਂ ਚੀਜ਼ਾਂ ਲੈਣੀਆਂ ਅਤੇ ਲੈ ਲੈਂਦੇ ਹਾਂ, ਅੱਲਾਹ ਤਾਲਾ ਖੈਰ ਕਰੇ। ਸੜਕ ਵੀ ਕਾਫੀ ਖਰਾਬ ਆ, ਸਾਰੀ ਟੁੱਟੀ ਹੋਈ ਆ। ਮੋਇਜ਼ ਬੇਟਾ ਕਹਿੰਦਾ ਪਾਪਾ ਤੇਜ਼ ਭਜਾ, ਮੋਇਜ਼ ਕਹਿ ਰਿਹਾ ਆਪਣੇ ਪਾਪਾ ਨੂੰ ਵੀ ਜਲਦੀ ਚਲਾਓ, ਲੇਕਿਨ ਸੜਕ ਜਿਹੜੀ ਆ ਟੁੱਟੀ ਆ, ਅਤੇ ਲੇਕਿਨ ਆਸਤੇ ਆਸਤੇ ਜਾਣਾ ਪਏਗਾ ਬੇਟਾ, ਇਹ 10 ਮਿੰਟ ਵੱਧ ਲੱਗ ਜਾਣਗੇ, ਜ਼ਰੂਰ ਤੇਜ਼ ਜਾਣਾ ਵਾ। ਕਾਫੀ ਦੇਰ ਦੀ ਇਹ ਪੱਕੀ ਬਣੀ ਆ, ਦੁਬਾਰਾ ਨਹੀਂ ਬਣੀ ਹੈ, ਅਤੇ ਕਾਫੀ ਟੁੱਟੀ ਪਈ ਆ। ਚਲੋ ਕੋਈ ਗੱਲ ਹਿਬਾ ਬੇਟੀ ਆਪਣੇ ਪਾਪਾ ਨੂੰ ਦੱਸ ਰਹੀ ਆ ਵੀ ਇਹ ਜਿਹੜੀ ਸੜਕ ਆ ਪਤਾ ਕੀ ਕਹਿੰਦੇ ਹੁੰਦੇ ਸੀ, ਰੋਜ਼ਾਨਾ ਕਹਿਣਾ ਮੈਂ ਸਕੂਲ ਨਹੀਂ ਜਾਣਾ, ਫਿਰ ਸੁਬਹਾ ਉੱਠ ਕੇ ਤਿਆਰੀ ਕਰ ਲੈਣੀ ਫਿਰ ਚਲੇ ਜਾਣਾ। ਸਹੀ ਹੋ ਗਿਆ। ਹਾਂਜੀ ਤੇ ਚਲੋ, ਪਿੱਛੇ ਤਾਂ ਕਾਫੀ ਟੁੱਟੀ ਹੋਈ ਸੜਕ ਸੀ ਲੇਕਿਨ ਅੱਗੇ ਠੀਕ ਆ। ਬਾਜਰਾ ਲੋਕੀ ਵੱਢਣ ਲੱਗ ਗਏ ਆ, ਸਾਡੇ ਵਾਲੇ ਹੱਥ ਲੱਗ ਗਿਆ ਸੀ ਲਵਾ ਦਿੱਤਾ। ਅੱਛਾ ਲੋਕਾਂ ਨੇ ਗਾਹ ਵੀ ਲਿਆ ਹੋਇਆ। ਹਾਂਜੀ ਇੱਧਰ ਤੇ ਲੋਕੀ ਗਾਹਣ ਵੀ ਡਏ ਆ, ਉਹ ਦੇਖੋ ਨਾ ਸਾਡੇ ਵਾਲੋ, ਪਹਿਲਾਂ ਲੋਕਾਂ ਨੇ ਜਦੋਂ ਬੀਜਿਆ ਸੀ ਨਾ ਉਹ ਗਿਆ ਹੀ ਕੋਈ ਨਹੀਂ, ਕਾਫੀ ਦੂਰ ਆ, ਦੋ ਤਿੰਨ ਦਫਾ ਬੀਜਣਾ ਪਿਆ ਤਾਂ ਕਰਕੇ ਨਾਲ ਨਾਲ ਲੋਡ ਵੀ ਕਰ ਰਹੇ ਆ ਤੇ ਨਾਲ ਨਾਲ ਗਾਹਣ ਵੀ ਡਏ ਆ, ਕਣਕ ਦੀ ਬਿਜਾਈ ਸ਼ੁਰੂ ਹਨ ਕਰਨ ਦੇ, ਦਸਵਾਂ ਵੀ ਨਾ ਹਜੇ ਤੇ। ਐਨਕ ਲੈਣੀ ਸੀ ਮੇਰੇ ਪੁੱਤ ਨੂੰ, ਮੈਂ ਆਪਣੇ ਪੁੱਤ ਨੂੰ ਐਨਕ ਲੈ ਦੂੰ, ਛੋਹਣੇ ਜਿਹੇ ਨੂੰ, ਗੁਲਾਬੂ ਜਿਹੇ ਨੂੰ, ਹੈਂ ਬਸ ਸ਼ਹਿਰ ਹੈਗੀ ਐਨਕਾਂ, ਮੈਂ ਆਪਣੇ ਪੁੱਤ ਨੂੰ ਉੱਥੋਂ ਲੈ ਦੂੰਗਾ। ਅੱਛਾ ਮੈਂ ਆਪਣੀ ਧੀ ਨੂੰ ਵੀ ਲੈ ਦੂੰਗਾ, ਉਹਦਾ ਰੱਖਣੀਆਂ ਹੈ ਹੀ ਨਹੀਂ।
बाजार से पहुंच गए पहला दसो जी का निकाल लेकिन हुण इन्नी नहीं है शॉपिंग करिए फिर मैनूं इह हुंदा वी अपने चौक बर्तन वाली दुकान ते असीं आ गए हां ते इत्थे असीं बर्तन लवांगे मैनू ते ओ बिलू जिहड़ा जग गलास बड़ा प्यारे लगंदा है ओ रेड देखी सकदे किन्ने प्यारे ब्लैक रेड ओ कूलर किन्ना प्यारा उपर माशाल्लाह अज किन्ने प्यारा है ना क्यूट लगदा है किन्ना प्यारा है ना फूल बन गया ये तो मौज ने कहना मैंने दे दो खेलने वास्ते हाँ मौज ने कहना मैंने दे दो खेलने वास्ते अच्छा हो मैं तो पानी पा लूंगा हाँ और भी देख लेने ना हाँ और लैंड गया कहने मैं होली गाने जा कर ना है तो दूसरा और तो ठीक है लैंड चल ठीक है और देख लेने असीं आए हैं फतेहपुर शहर समान लेना सी कोई तो हिबा तो हमना तो मोई जी साढ़े नाल ही हाँ जी अच्छा जी उधर भी है सही है शाम हो गई बिल्कुल तो थोड़ा जहा समान रहा लैने वाला वो लैके तो असी चल जाना घर है तो इतने मामू उन्होंने घर जावे अपने घर तक सुबह जावे काफ़ी लैनिया सगिया समान तो लै लिया तो नेरा काफ़ी हो गया वा कुछ नज़र नहीं आ रहा बच्चे भी बैठे आ बच्चे ने बहुत तंग किया बड़ा तंग किया बच्चे ने कभी कहते अंगूर खाने और तुम लैके दे रही हाँ जी अंगूर कभी सानू जूस पिला दे कभी सानू सैपी पिला दे अच्छा हूँ पापा जी इदा गल पानी की एक बोतल ठंडी लैके मैं तुम ठंडी पानी की बोतल मैं कितों लिया देव सही है नहीं पापा इतों कितों लिया मैं बोतल तो बहुत मिल जाऊगी ठंडे पानी की पर मैं तुम्हें छड़ के नहीं आना गड्डी कल्या सही है नेरा काफ़ी ज्यादा हो गया वा इसलिए कुछ नजर नहीं आ रहा तो हम असी जो समान लेना से वो असी सारा लै लिया वा तो हम असी जा रहे हैं घर वापसी ठीक नहीं मामी जी ने भी समान देखना ही चंगी भी नहीं ना बस आदि मैं थोड़ी जी लै ली थोड़ी थोड़ी दे मोई ने तो खिलौनी भी आप पैनी रोटी भी खानी है इधर करो हिबा भी जाना मूंगफली
ਮੋਜ ਦੀ ਵੀ ਇਹ ਵੀ ਮੰਗਦਾ ਸੀ ਤੁਸੀਂ ਅੰਗੂਰ ਲੈ ਕੇ ਦੇ ਕੇ ਕਹਿੰਦਾ ਸੀ ਮੈਂ ਨਹੀਂ ਅੰਗੂਰ ਖਾਣਾ ਇਹ ਖਾ ਬੜੇ ਸੋਹਣੇ ਲਾਏ ਚਲੋ ਸਾਰੀ ਦੁਨੀਆ ਨਾਲ ਹੀ ਰੋਟੀ ਖਾ ਖਾਏਗੀ ਸਹੀ ਆ ਚਲੋ ਇਹ ਵੀ ਸਹੀ ਮੈਨੂੰ ਆਪ ਲੱਗੀ ਹੋਈ ਬੈਠੋ ਸਹੀ ਹੋ ਗਿਆ।